ਸਾਰਾ ਦੱਸੀ ਜਾਂਦੀ ਮੈਂ ਰਣਦੀਪ ਕੌਰ ਮੈਂ ਕੋਰੋਨਾ ਵਾਰਡ ਰਜਿੰਦਰਾ ਹੋਸਪਿਟਲ 'ਚ ਪੋਸਟਿਡ ਹਾਂ ਆਈ ਸੀ ਯੂ ਦੇ ਵਿੱਚ 8th ਫਲੋਰ ਸਾਡੇ ਕੱਲ੍ਹ ਪੇਸ਼ੈਂਟ ਆਈ ਸੀ ਪੂਜਾ ਉਹ ਪੇਸ਼ੈਂਟ ਪੋਜ਼ੀਟਿਵ ਆਈ ਉਹਦੀ ਰਿਪੋਰਟ ਅੱਜ ਆਈ ਸੀ ਅਤੇ ਉਹ ਪੇਸ਼ੈਂਟ ਨੂੰ ਮੈਂ ਪੂਰੀ ਰਾਤ ਡੀਲ ਕੀਤਾ ਅਤੇ ਜੋ ਇਹਨਾਂ ਨੇ ਕਿੱਟ ਪ੍ਰੋਵਾਈਡ ਕੀਤੀ ਹੈ ਪੀ ਪੀ ਕਿੱਟ ਉਹ ਜਸਟ ਸਾਡੇ ਨੀਲਸ ਤੱਕ ਹੈ ਉਹ ਪੂਰੀ ਬਾਡੀ ਵੀ ਨਹੀਂ ਕਵਰ ਕਰਦੀ ਅਤੇ ਜੇ ਇਹ ਗੱਲ ਮੈਂ ਡੀ ਐੱਮ ਐੱਸ ਸਰ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਸਾਡੇ ਡਾਕਟਰ ਵੀ ਇਹੀ ਕਿੱਟ ਪਾ ਰਹੇ ਆ ਅਤੇ ਮੈਂ ਕਿਹਾ ਸਰ ਵੀ ਡਾਕਟਰ ਪਾ ਰਹੇ ਤਾਂ ਮੈਂ ਥੋੜ੍ਹਾ ਐਕਸਪੋਜ਼ ਹੋਣਾ ਅਤੇ ਉਹ ਕਹਿ ਰਹੇ ਕਿ ਜੇ ਡਾਕਟਰ ਪਾ ਸਕਦੇ ਤੁਸੀਂ ਕਿਉਂ ਨਹੀਂ ਪਾ ਸਕਦੇ ਉਹ ਪੇਸ਼ੈਂਟ ਦੀ ਬਾਡੀ ਅੱਜ ਮਾਰਨਿੰਗ ਵਿੱਚ ਉਹ ਪੇਸ਼ੈਂਟ ਐਕਸਪਾਇਰ ਹੋ ਗਈ ਹੈ ਠੀਕ ਹੈ 10 ਤੋਂ 12 ਦੇ ਵਿੱਚ ਉਹਦੀ ਡੈਥ ਹੋਈ ਹੈ ਉਸ ਤੋਂ ਬਾਅਦ ਬਾਡੀ ਸ਼ਿਫਟ ਨਹੀਂ ਹੋਈ ਵਾਰਡ 'ਚੋਂ ਈਵਨ ਕਿ ਉਹਦੀ ਬਾਡੀ ਹੁਣ ਜੋ ਵੀ ਟਾਈਮ ਹੋ ਰਿਹਾ 11 ਵਜੇ ਉਹ ਹੁਣ ਸ਼ਿਫਟ ਕੀਤੀ ਗਈ ਹੈ ਐਂਬੂਲੈਂਸ ਉਹ ਵੀ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਅਟੈਂਡੈਂਟ ਸ਼ਿਫਟ ਕਰਨਗੇ ਜਾਂ ਸਵੀਪਰ ਸ਼ਿਫਟ ਕਰਨਗੇ ਇਹ ਅੰਦਰ ਜਾ ਕੇ ਉਹਨਾਂ ਦੀ ਮਿੰਨਤਾਂ ਕਰ ਰਹੇ ਸੀ ਕਿ ਸ਼ਿਫਟ ਕਰ ਦਿਓ ਹੁਣ ਕਿੰਨੇ ਕੁ ਪੇਸ਼ੈਂਟ ਐਡਮਿਟ ਹੋ ਉਹਨਾਂ ਦੇ ਨਾਲ ਹੋਰ ਵੀ ਐਡਮਿਟ ਸੀ ਹੁਣ ਦੋ ਪੋਜ਼ਿਟਿਵ ਪੇਸ਼ੈਂਟ ਅੰਦਰ ਹੈ ਐਕਚੁਅਲੀ ਇੱਕ ਆਈਸੀਯੂ ਦੇ ਵਿੱਚ ਉੱਪਰ ਭੇਜਿਆ ਐਕਚੁਅਲੀ ਯੂ ਦੇ ਵਾਰਡ 'ਚ ਪਾਇਆ ਔਰ ਇੱਕ 7ਵੇਂ ਫਲੋਰ ਦੇ ਉੱਤੇ ਹੈ ਕਿ ਕਿੱਥੋਂ ਕਿੱਥੋਂ ਨੇ ਉਹ ਲੋਕਲ ਨੇ ਜਾਂ ਬਾਹਰ ਲੋਕਲ ਨੇ ਇੱਕ ਲੋਕਲ ਹੈ ਪਟਿਆਲੇ ਦਾ ਆ ਤੇ ਇੱਕ ਦਾ ਹਜੇ ਕਨਫਰਮ ਨਹੀਂ ਹੈ ਕਿਹੜੇ ਸ਼ਹਿਰ ਤੋਂ ਲੋਕਲ ਪਟਿਆਲੇ ਦਾ ਕਿੱਥੋਂ ਦਾ ਨੀਅਰ ਬੱਸ ਸਟੈਂਡ ਹੈ